ਜਿਨ੍ਹਾਂ ਉਤੇ ਕਿਸੇ ਸਮੇਂ ਹਰ ਵਕਤ ਲੋਕਾਂ ਨਾਲ ਤੱਕੇਸ਼ਾਈ ਕਰਨ ਦੇ ਇਲਜ਼ਾਮ ਲੱਗਦੇ ਸਨ ਅੱਜ ਉਹ ਖੁਦ ਆਪਣੇ ਨਾਲ ਤੱਕਾ ਹੋਣ ਦੀ ਗੱਲ ਕਰ ਰਹੇ ਹਨ ਜੀ ਹਾਂ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਜੀਠੀਆ ਦਾ ਕਹਿਣਾ ਹੈ ਕਿ ਕਾਂਗਰਸੀ ਆਗੂ ਲਾਲੀ ਮਜੀਠੀਆ ਅਤੇ ਕਾਂਗਰਸੀ ਵਰਕਰ ਅਕਾਲੀ ਦਲ ਦੇ ਨਾਲ ਤੱਕੇਸ਼ਾਈ ਕਰ ਰਹੇ ਹਨ ਅਤੇ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨਗੇ ਤੇ ਇਹ ਕਹਿਣਾ ਹੈ ਵਿਕਰਮ ਸਿੰਘ ਜੀਠੀਆ ਦਾ ਉੱਥੇ ਗਰੀਬ ਦਿਹਾੜੀ ਕਰਨ ਵਾਲੇ ਲੋਕ ਮਿਹਨਤ ਮਜ਼ਦੂਰੀ ਵਾਲੇ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਇਹ ਆਖਿਆ ਗਿਆ ਕਿ ਉਹ ਤੁਹਾਨੂੰ ਸਬਕ ਸਿਖਾਇਆ ਜਾਊਗਾ ਤਿੰਨ ਚਾਰ ਦਿਨ ਤੋਂ ਇਹ ਕੰਮ ਚੱਲ ਰਿਹਾ ਸੀ ਸਬਕ ਸਿਖਾਇਆ ਜਾਊ ਸਬਕ ਸਿਖਾਇਆ ਜਾਊ ਤੇ ਕੱਲ ਦੀ ਰਾਤ ਜਿਹੜੀ ਰਾਤ ਲੰਗੀ ਆ ਉਸ ਦਿਨ ਸਾਡੇ ਕਾਉਂਸਲਰ ਸਾਹਿਬ ਨੇ ਜਿਹੜੇ ਮਨਜੀਤ ਕੌਰ ਜੀ ਉਹਨਾਂ ਦੇ ਬੱਚਿਆਂ ਨੂੰ ਆ ਬੱਚਾ ਬੈਠਿਆ ਇਹਨਾਂ ਦਾ ਭਰਾ ਬੈਠਿਆ ਜਿਹਦੇ ਛੱਟ ਲੱਗੀ ਆ ਇੱਕ ਭਰਾ ਹਸਪਤਾਲ ਦਾਖਲ ਹੈ ਇਹਨਾਂ ਦੇ ਘਰ ਵੜ ਕੇ ਸਾਰਾ ਘਰ ਭੰਨਿਆ ਇਨਾਂ ਦਾ ਸਕੂਟਰ 3 ਵੀਲਰ ਸੀ ਉਹ ਭਾਂਤਾ ਛੋਟਾ ਹਾਥੀ ਸੀ ਉਹ ਭਾਂਤਾ ਸਾਰਾ ਜਿਹੜਾ ਧਾੜੀ ਕਰਨ ਦੇ ਕਮਾਈ ਦੇ ਸਾਧਨ ਸੀ ਉਹਨਾਂ ਨੂੰ ਭਾਂਤਾ ਨਾਲੇ ਇਹਨਾਂ ਨੂੰ ਕਹ ਕੇ ਹਲੇ ਤੁਹਾਡੇ ਨਾਲ ਫੇਰ ਨਜਿਠਾਂਗੇ ਤੇ ਦੋ ਵਾਰੀ ਅਟੈਕ ਹੋਣ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਏ ਕਿਉਂਕਿ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਮਜੀਠੇ ਵਾਲਿਆਂ ਨੂੰ ਕਿ ਮੈਂ ਕਿ ਤੁਸੀਂ ਇਨਸਾਫ ਕਰੋ ਜੇ ਇਹਨਾਂ ਨਾਲ ਧੱਕਾ ਇਹਨਾਂ ਨੂੰ ਇਨਸਾਫ ਦਿਵਾਓ ਅੱਜ ਤੱਕ ਕੋਈ ਉਹ ਜਿਹੜਾ ਇਹਨਾਂ ਦਾ ਬ੍ਰਦਰ ਹੈ ਉਹਦਾ ਅਕਲ ਪਰਮਜੀਤ ਪਰਮਜੀਤ ਕਰਮਜੀਤ ਹਸਪਤਾਲ ਪਿਆ ਅੱਜ ਤੱਕ ਉਹਦੇ ਕੋਈ ਬਿਆਨ ਨਹੀਂ ਲੈਣ ਗਿਆ ਉਹਦਾ ਸਾਰਾ ਫ੍ਰੈਕਚਰ ਹੋ ਗਿਆ ਪਰਾ ਸਾਹਮਣੇ ਸ਼ਾਇਦ ਅੱਖ ਵੀ ਖਰਾਬ ਹੋ ਗਈ। ਸੋ ਇਹ ਆਸ ਨਾਲ ਆਏ ਆ ਕਿ ਇਹ ਗੱਲ ਤੇ ਸਰਕਾਰ ਧਿਆਨ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਜੀ, ਕੋਲੇ ਹੋਮ ਮਿਨਿਸਟਰ ਵੀ ਨੇ, ਚੀਫ ਮਿਨਿਸਟਰ ਵੀ ਨੇ ਇਹ ਜਿਹੜੀ ਨਹਿਰਗਰ ਦੀ ਆ ਭਾਵੇਂ 80 ਸਾਲ ਦੇ ਬਜ਼ੁਰਗ ਨੂੰ ਜਿਨ੍ਹਾਂ ਦਾ ਕਿਸੇ ਨਾ ਰੱਬ ਰੱਬ ਕਰਨ ਵਾਲੇ, ਜਿਨ੍ਹਾਂ ਦੇ ਨਾਲ ਉੱਥੇ ਆ ਗਰੀਬ ਲੋਕਾਂ ਨਾਲ ਜੋ ਧੱਕਾ ਹੋ ਰਿਹਾ ਇਸ ਗੱਲ ਨੂੰ ਰੋਕਿਆ ਜਾਊਗਾ। ਸਾਫ਼ ਰਾਜ, ਸਾਫ਼ ਇਨਸਾਫ਼ ਲੋਕਾਂ ਨਾਲ ਕੀਤਾ ਜਾਊਗਾ।